ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਖਬਰਾਂ ਦੀ ਖਬਰ ਲਏ, ਸਭ ਨੂੰ ਖਬਰ ਦੇ, ਸਭ ਦੀ ਖਬਰ ਲਏ। ਸਮੇਂ ਦੀ ਨਜ਼ਾਕਤ, ਸਮੇਂ ਦੀ ਮਜਬੂਰੀ ਨੂੰ ਮੁੱਖ ਰੱਖਦਿਆਂ ਅਸੀਂ ਬਹੁਤ ਤੇਜ਼ੀ ਦੇ ਨਾਲ ਕੁਝ ਕੁ ਸੁਰਖੀਆਂ ਲਵਾਂਗੇ ਔਰ ਜਿਹੜਾ ਪੱਖਦਾ ਮੁੱਦਾ ਅੱਜ ਦਾ ਹੈ ਉਹ ਜਿਹੜਾ ਆਉਣ ਵਾਲੀਆਂ ਫਰਵਰੀ ਅਗਲੇ ਸਾਲ ਦੀਆਂ 2012 ਦੀਆਂ ਚੋਣਾਂ ਵਿੱਚ ਵੀ ਅਸਰ ਪਾਏਗਾ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਜਿਹੜੀਆਂ ਕਿ ਦੇਰੀ ਦੇ ਨਾਲ ਹੋ ਰਹੀਆਂ ਹਨ, ਜਿਹੜੀਆਂ 2 ਸਾਲ ਪਹਿਲੇ ਹੋ ਜਾਣੀਆਂ ਚਾਹੀਦੀਆਂ ਸੀ ਪਰ ਉਹਨਾਂ ਵਿੱਚ ਦੇਰੀ ਹੋ ਰਹੀ। ਉਸ ਦੇ ਬਾਰੇ ਅਸੀਂ ਆਪਣੇ ਮਹਿਮਾਨ ਦੇ ਨਾਲ, ਵਿਸ਼ੇਸ਼ ਮਹਿਮਾਨ ਜਿਹੜੇ ਇਸ ਮਸਲੇ ਦੇ ਉੱਤੇ ਤਿੱਖੀ ਨਜ਼ਰ ਰੱਖਦੇ ਹਨ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲੇ ਕੁਝ ਚੋਣਵੀਆਂ ਸੁਰਖੀਆਂ, ਉਹਨਾਂ ਦੇ ਵਿੱਚ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਹਨਾਂ ਨੇ ਤਿਲਕ ਜੰਝੂ ਰਾਖਾ ਪ੍ਰਵਤਾਂਕਾ ਕੀਨੋ ਬਡੋ ਕਲੂ ਮੈਂ ਸਾਕਾ, ਜਿਸ ਦੀ ਗਵਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਦਿੱਤੀ, ਉਹਨਾਂ ਦੀ ਸ਼ਹਾਦਤ ਨੂੰ ਆਪਣੀ ਸ਼ਰਧਾਂਜਲੀ ਦਿੰਦੇ ਹਾਂ। ਭਾਰਤ ਸਰਕਾਰ ਨੇ ਦਿੱਲੀ ਔਰ ਹਰਿਆਣਾ ਦੇ ਬਾਰਡਰ ਦੇ ਉੱਤੇ, ਉਸ ਦੀ ਸਰਹੱਦ ਦੇ ਉੱਤੇ ਇੱਕ ਐਸਾ ਸ਼ਾਨਦਾਰ ਆਲੀਸ਼ਾਨ ਉਹਨਾਂ ਨੇ ਉਹਨਾਂ ਦੀ ਯਾਦਗਾਰ ਸਥਾਪਿਤ ਕੀਤੀ ਹੈ, ਜਿਹੜੀ ਕਿ ਤਕਰੀਬਨ 2-3 ਕਿਲੋਮੀਟਰ ਦੂਰੋਂ ਵੀ ਨਜ਼ਰ ਆਏਗੀ। ਔਰ ਇਸ ਯਾਦਗਾਰ ਦੇ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਟੀਲ ਦੇ ਉੱਤੇ ਅੰਕਿਤ ਕੀਤੀਆਂ ਗਈਆਂ ਹਨ। ਇਸ ਦਾ ਉਦਘਾਟਨ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕੀਤਾ ਔਰ ਜਿਸ ਵਿੱਚ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਿਤ ਵੀ ਸ਼ਾਮਲ ਹੋਏ। 12 ਏਕੜ ਜਗ੍ਹਾ ਦੇ ਉੱਤੇ ਔਰ 26 ਕਰੋੜ ਦੀ ਲਾਗਤ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਜੋ ਦਿੱਲੀ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਇੱਕ ਸ਼ਰਧਾਂਜਲੀ ਦਿੱਤੀ ਗਈ ਹੈ। ਔਰ ਇਹ ਕਿਹਾ ਜਾ ਸਕਦਾ ਹੈ ਇਸ ਤੋਂ ਪਹਿਲੇ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ ਯਾਦਗਾਰ ਨਹੀਂ ਸੀ ਔਰ ਜਿਹੜੀ ਕਿ ਇਹ ਘਾਟ ਪੂਰੀ ਕੀਤੀ ਗਈ ਹੈ। ਦੂਸਰੀ ਸੁਰਖੀ, ਸਰਦਾਰ ਰਬਿੰਦਰ ਸਿੰਘ 47 ਸਾਲਾ ਜਿਹੜੇ ਕੁਈਨਸ ਕਾਉਂਸਲ ਇੰਗਲੈਂਡ ਦੇ ਵਿੱਚ ਵਕੀਲ ਹਨ, ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਹਾਈ ਕੋਰਟ ਦੇ ਜੱਜ ਦੇ ਤੌਰ 'ਤੇ। ਸਾਬਤ ਸੂਰਤ ਔਰ ਦਸਤਾਰਤਾਰੀ, ਪਹਿਲੇ ਸਿੱਖ ਹੋਣਗੇ ਜਿਹੜੇ ਇੰਗਲੈਂਡ ਵਿੱਚ ਹਾਈ ਕੋਰਟ ਦੇ ਵਿੱਚ ਬਤੌਰੇ ਜੱਜ ਦੇ ਆਪਣੀਆਂ ਸੇਵਾਵਾਂ ਦੇਣਗੇ। ਇਹ ਮਾਣ ਵਾਲੀ ਗੱਲ ਹੈ ਔਰ ਵਧਾਈ ਦੇ ਪਾਤਰ ਹਨ। ਤੀਸਰੀ ਖਬਰ, ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦਗਾਰ ਸਥਾਪਿਤ ਕੀਤੀ ਗਈ ਔਰ ਉਸ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਵੀ ਇਹ ਕਿਹਾ ਗਿਆ ਕਿ ਦੇਸ਼ ਕਿਸੇ ਇੱਕ ਫਿਰਕੇ ਦਾ, ਕਿਸੇ ਇੱਕ ਧਰਮ ਦਾ, ਕਿਸੇ ਇੱਕ ਇਲਾਕੇ ਦਾ, ਕਿਸੇ ਇੱਕ ਵਿਅਕਤੀ ਦਾ ਨਹੀਂ, ਇਹ ਸਾਰਿਆਂ ਦਾ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਹਰ ਇੱਕ ਦੇ ਧਰਮ ਦੀ ਆਜ਼ਾਦੀ ਦੀ ਖਾਤਰ ਉਹਨਾਂ ਨੇ ਕੁਰਬਾਨੀ ਦਿੱਤੀ। ਪਰ ਦੂਸਰੇ ਪਾਸੇ ਇੱਕ ਖਬਰ ਬਹੁਤ ਹੀ ਸੰਜੀਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਸਦਾ ਕਾਫੀ ਅਸਰ ਹੋਣ ਦੀ ਉਮੀਦ ਹੈ, ਉਹ ਹੈ ਜਨਤਾ ਦਲ ਦੇ, ਜਨਤਾ ਪਾਰਟੀ ਦੇ ਮੁਖੀ ਸੁਬਰਾਮਣੀਅਮ ਸਵਾਮੀ। ਉਹਨਾਂ ਨੇ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਹਨ, ਉੱਥੇ ਪੜ੍ਹਾਉਂਦੇ ਵੀ ਰਹੇ ਹਨ, ਉਹਨਾਂ ਨੇ ਇਹ ਕਿਹਾ ਹੈ, ਉਹਨਾਂ ਨੇ ਕਾਫੀ ਸਖਤ ਮੰਗ ਕੀਤੀ ਹੈ
ਕਿ ਜਿਹੜੇ ਮੁਸਲਮਾਨ, ਖਾਸ ਕਰਕੇ ਮੁਸਲਮਾਨਾਂ ਦਾ ਨਾਂ ਲਿਆ, ਜਿਹੜੇ ਮੁਸਲਮਾਨ ਆਪਣੀ ਪੂਰਵਜ ਵੰਸ਼ਜ ਦੇ ਤੌਰ ਦੇ ਉੱਤੇ ਉਹਨਾਂ ਨੂੰ ਇਸਤੇਮਾ ਆਪਣੇ ਪੂਰਵਜਾਂ ਨੂੰ ਨਹੀਂ ਅਗਰ ਤਸਲੀਮ ਕਰਦੇ, ਨਹੀਂ ਪ੍ਰਵਾਨ ਕਰਦੇ, ਉਹਨਾਂ ਦੀਆਂ ਵੋਟਾਂ ਦਾ ਅਧਿਕਾਰ ਖਤਮ ਕਰ ਦਿੱਤਾ ਜਾਣਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਦੇਸ਼ ਵਿੱਚ ਇੱਕੋ ਸਿਵਲ ਲਾਅ, ਪਰਸਨਲ ਲਾਅ ਜਿਹੜਾ ਹੈ ਉਹ ਸਾਰਿਆਂ ਦੇ ਉੱਤੇ ਇੱਕੋ ਲਾਗੂ ਹੋਏ। ਹਿੰਦੂਇਜ਼ਮ ਵਿੱਚੋਂ ਕਿਸੇ ਦੂਜੇ ਧਰਮ ਦੇ ਵਿੱਚ ਕਨਵਰਸ਼ਨ ਦੇ ਉੱਤੇ ਪਾਬੰਦੀ ਲਗਾਈ ਜਾਏ। ਦੂਸਰੇ ਧਰਮਾਂ 'ਚੋਂ ਜੇਕਰ ਹਿੰਦੂ ਧਰਮ ਦੇ ਵਿੱਚ ਆਉਣਾ ਚਾਹੁਣ, ਉਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਔਰ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਉਹਨਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਉਹ ਆਪਣੀ ਜ਼ਾਤ ਜਿਹੜੀ ਵੀ ਮਰਜ਼ੀ ਲਿਖਾ ਲੈਣ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਤੋਂ ਜਿਹੜੇ ਇਮੀਗ੍ਰੈਂਟਸ ਆ ਰਹੇ ਹਨ, ਰਿਫਿਊਜੀ ਆ ਰਹੇ ਹਨ, ਉਹਨਾਂ ਨੂੰ ਉਹਨਾਂ ਦੇ ਅਨੁਪਾਤ ਵਿੱਚ ਬੰਗਲਾਦੇਸ਼ ਦੇ ਇਲਾਕੇ ਦੇ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਬਹੁਤ ਵੱਡੀ ਮੰਗ ਜਾਂ ਆਪਣੇ ਲੇਖ ਦੇ ਵਿੱਚ ਕਹੀ, ਉਹ ਇਹ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦੇਣਾ ਚਾਹੀਦਾ ਹੈ। ਨੈਸ਼ਨਲ ਮਿਨੋਰਿਟੀਜ਼ ਕਮਿਸ਼ਨ ਨੇ ਇਸ ਲੇਖ ਨੂੰ, ਜਿਹੜਾ DNA ਦੇ 16 ਜੁਲਾਈ ਦੇ ਵਿੱਚ ਛਪਿਆ ਹੈ, ਉਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ ਔਰ ਕਾਨੂੰਨੀ ਕਾਰਵਾਈ ਕਰਨ ਲਈ ਮੰਗਲਵਾਰ ਨੂੰ ਫੁੱਲ ਬੈਂਚ ਦੀ ਮੀਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਹਾਰਵਰਡ ਯੂਨੀਵਰਸਿਟੀ ਨੇ, ਉੱਥੋਂ ਦੇ ਵਿਦਿਆਰਥੀਆਂ ਨੇ ਇੱਕ ਦਸਖਤੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਸੁਬਰਮਨੀਅਮ ਸਵਾਮੀ ਦਾ ਨਾਤਾ, ਉਹਨਾਂ ਦੇ ਸਾਰੇ ਜੋ ਵੀ ਐਫੀਲੀਏਸ਼ਨ ਹੈ ਹਾਰਵਰਡ ਯੂਨੀਵਰਸਿਟੀ ਦੇ ਨਾਲ, ਉਹ ਖਤਮ ਕੀਤੀ ਜਾਏ। ਇਹ ਦੂਸਰੀ ਵੱਡੀ ਸੁਰਖੀ ਸੀ। ਹੁਣ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਮੁੱਖ ਮੁੱਦੇ ਦੇ ਉੱਤੇ ਆਈਏ, ਪਰ ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਬ੍ਰੇਕ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਜਿਵੇਂ ਆਪ ਨੂੰ ਇਤਲਾਹ ਦਿੱਤੀ ਸੀ ਕਿ ਮੁੱਖ ਮੁੱਦਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੈ। ਚੋਣਾਂ ਤਾਂ ਕਿਸੇ ਪ੍ਰਜਾਤੰਤਰ ਵਿੱਚ, ਡੈਮੋਕ੍ਰੇਸੀ ਵਿੱਚ ਹੁੰਦੀਆਂ ਰਹਿੰਦੀਆਂ ਹਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕੋਈ ਆਮ ਸੰਸਥਾ ਹੈ, ਨਾ ਆਮ ਅਦਾਰਾ ਹੈ। ਇਹ ਪੰਥ ਦਾ ਇੱਕ ਹਿੱਸਾ ਹੈ, ਬਲਕਿ ਇਸ ਦਾ ਸਰੂਪ ਪੰਥ ਹੀ ਕਿਹਾ ਜਾ ਸਕਦਾ ਹੈ। ਇਹ ਕੋਈ ਕੁਛ ਬੰਦਿਆਂ ਨੇ ਇਕੱਤਰ ਹੋ ਕੇ ਇਹ ਨਹੀਂ ਸੀ ਬਣਾਈ, ਬਲਕਿ ਇਹ ਪੂਰੀ ਦੀ ਪੂਰੀ ਕੌਮੀ ਇਤਿਹਾਸ ਦੀ ਇੱਕ ਪ੍ਰਾਪਤੀ ਹੈ, ਉਸ ਦਾ ਅੰਗ ਹੈ। ਉਹ ਸਮਾਂ ਸੀ ਜਦੋਂ ਦੇਸ਼ ਦੀ ਆਜ਼ਾਦੀ ਜਾਂ ਪੰਥ ਦੀ ਆਜ਼ਾਦੀ ਦੇ ਵਿੱਚੋਂ ਇੱਕ ਨੂੰ ਚੁਣਨਾ ਸੀ, ਤਾਂ ਉਸ ਵੇਲੇ ਦੀ ਸਿੱਖ ਸੂਝ ਨੇ, ਸਿੱਖ ਮਾਨਸਿਕਤਾ ਨੇ ਇਹ ਐਲਾਨ ਕੀਤਾ, ਇਹ ਪ੍ਰਵਾਨ ਕੀਤਾ, ਜੇਕਰ ਧਰਮ ਆਜ਼ਾਦ ਹੈ, ਪੰਥ ਆਜ਼ਾਦ ਹੈ, ਗੁਰਦੁਆਰੇ ਆਜ਼ਾਦ ਹਨ, ਤਾਂ ਦੇਸ਼ ਦੀ ਆਜ਼ਾਦੀ ਔਖੀ ਨਹੀਂ। ਪਰ ਜੇਕਰ ਦੇਸ਼ ਆਜ਼ਾਦ ਵੀ ਹੋ ਜਾਏ ਪਰ ਗੁਰਦੁਆਰੇ ਆਜ਼ਾਦ ਨਾ ਹੋਣ, ਤਾਂ ਫਿਰ ਉਸਦਾ ਕੋਈ ਫਾਇਦਾ ਨਹੀਂ। ਉਸ ਵੇਲੇ ਮੋਰਚਿਆਂ ਦੇ ਵਿੱਚ
ਕੁੜਕੀਆਂ, ਜ਼ਬਤੀਆਂ, ਕੁਰਬਾਨੀਆਂ, ਗੁਰੂ ਕਾ ਬਾਗ, ਗੰਗਸਰ, ਜੈਤੋ ਜੀ, ਸ਼ਹੀਦਗੰਜ, ਪੰਜਾ ਸਾਹਿਬ, ਨਨਕਾਣਾ ਸਾਹਿਬ, ਅਥਾਹ ਸ਼ਹਾਦਤਾਂ ਦੇ ਕੇ ਜਦੋਂ ਤੁਰਦੇ ਸੀ ਤਾਂ ਕੇਵਲ ਇੱਕ ਸੁਨੇਹਾ ਦਿੰਦੇ ਸੀ, ਸੁਣੋ ਖਾਲਸਾ ਜੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਗਜਾ ਚੱਲੇ, ਅੰਗ ਆ ਅੰਗ ਸਾਖ ਕਬੀਲੜਾ ਬਾਲ ਬੱਚਾ ਹੱਥ ਤੁਸਾਂ ਦੇ ਅਸੀਂ ਫੜਾ ਚੱਲੇ। ਇਹ ਕੁਰਬਾਨੀਆਂ ਦੇ ਕੇ ਪੰਥ ਦੀ ਅਮਾਨਤ ਹੈ। ਸਮੇਂ ਦੇ ਨਾਲ ਸਮਾਂ ਬਦਲੀ ਹੋਇਆ, ਉਸ ਦੇ ਵਿੱਚ ਕਾਫੀ ਤਬਦੀਲੀਆਂ ਆਈਆਂ, ਜਿਹੜੀਆਂ ਇੱਛਾਵਾਂ ਸੀ ਉਹ ਪੂਰੀਆਂ ਨਹੀਂ ਹੋ ਸਕੀਆਂ, ਪੂਰੀਆਂ ਜਿੱਥੇ ਤੱਕ ਖਾਹਿਸ਼ਾਂ ਸੀ ਨਹੀਂ ਹੋ ਸਕੀਆਂ। ਸਰਕਾਰੀ ਮੁਦਾਖਲਤ ਦੀ ਵਜ੍ਹਾ ਕਰਕੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਸੀ, ਪਰ ਉਹ ਸਰਕਾਰੀ ਮੁਦਾਖਲਤ ਬਦਸਤੂਰ ਜਾਰੀ ਹੈ, ਇੱਕ ਰੂਪ ਵਿੱਚ ਜਾਂ ਦੂਸਰੇ ਰੂਪ ਵਿੱਚ। ਸਮਾਂ ਸੀ ਜਦੋਂ ਪੰਥ ਸਾਰੇ ਦੇਸ਼ ਨੂੰ ਅਗਵਾਈ ਦਿੰਦਾ ਸੀ, ਭਾਵੇਂ ਉਹ ਮੁਸਲਿਮ ਲੀਗ ਸੀ, ਭਾਵੇਂ ਉਹ ਕਾਂਗਰਸ ਸੀ, ਉਹ ਦੋਵੇਂ ਅਕਾਲੀ ਦਲ ਵੱਲ ਦੇਖਦੇ ਸੀ ਕਿ ਇਹ ਕੀ ਅਗਵਾਈ ਦਿੰਦਾ। ਪਰ ਹੁਣ ਅਕਾਲੀ ਦਲ ਨੇ ਆਪਣਾ ਸਰੂਪ ਬਦਲਦੇ ਬਦਲਦੇ ਉਸਨੇ ਵੀ ਆਪਣੇ ਆਪ ਨੂੰ ਨਿਊਟਰਲਾਈਜ਼ ਕਰ ਲਿਆ, ਇਤਨਾ ਜ਼ਿਆਦਾ ਸੈਕੂਲਰਾਈਜ਼ ਕਰ ਲਿਆ ਕਿ ਉਹ ਪੰਥ ਦਾ ਸਰੂਪ ਨਹੀਂ ਨਜ਼ਰ ਆਉਂਦਾ। ਪਰ ਇਸ ਸਾਰੇ ਦੇ ਬਾਵਜੂਦ ਅੱਜ ਫਿਰ ਪੰਥ ਦੀਆਂ ਇਲੈਕਸ਼ਨਾਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਦੇ ਵਿੱਚ ਕਈ ਧੜੇ ਹਨ, ਕਈ ਗਰੁੱਪ ਹਨ, ਪਾਂਤ ਪਾਂਤ ਦੀਆਂ ਬੋਲੀਆਂ ਹਨ, ਪਾਂਤ ਪਾਂਤ ਦੇ ਕੈਂਡੀਡੇਟ ਹਨ। ਇਹ ਇਸ ਸਾਰੇ ਵਰਤਾਰੇ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਗਿੱਲ, ਜਿਹੜੇ ਕਿ ਸੀਨੀਅਰ ਸਾਡੇ ਇੱਕ ਆਗੂ ਹਨ, ਸੀਨੀਅਰ ਵਕੀਲ ਵੀ ਹਨ, ਇਸ ਦੇ ਇਲਾਵਾ ਮਨੁੱਖੀ ਅਧਿਕਾਰਾਂ ਦੇ ਉਹ ਬਹੁਤ ਵੱਡੇ ਆਗੂ ਕਾਰਕੁਨ, ਜਿਨ੍ਹਾਂ ਨੇ ਵਾਸ਼ਿੰਗਟਨ ਦੇ ਵਿੱਚ ਵੀ, ਉਹਨਾਂ ਨੇ UNO ਦੇ ਸੱਦੇ 'ਤੇ ਵਿਆਨਾ ਕਨਵੈਨਸ਼ਨ ਵਿੱਚ ਗਏ, ਵਾਸ਼ਿੰਗਟਨ ਦੇ ਵਿੱਚ ਉਹਨਾਂ ਨੇ ਪ੍ਰੈਸ ਕੌਂਸਲ ਨੂੰ ਵੀ ਮੁਖਾਤਬ ਕੀਤਾ। ਇਸ ਦੇ ਇਲਾਵਾ ਭਾਵੇਂ ਉਹ ਪਾਣੀਆਂ ਦਾ ਮਸਲਾ ਹੋਏ, ਸਰਹੱਦਾਂ ਦਾ ਮਸਲਾ ਹੋਏ, ਬਾਉਂਡਰੀਜ਼ ਹੋਏ, ਜਾਂ ਇੱਥੋਂ ਤੱਕ ਕਿ ਜੇਕਰ ਗੁਰੂ ਨਿੰਦਾ ਕਰਦੇ ਹੋਏ ਅਗਰ ਕੁਛ ਵਿਅਕਤੀਆਂ ਔਰ ਲਿਖਾਰੀਆਂ ਨੇ ਅਗਰ ਗੁਰੂ ਸਾਹਿਬ ਦੀ ਤੋਹੀਨ ਦੇ ਵਿੱਚ ਕੋਈ ਲਿਟਰੇਚਰ ਲਿਖਿਆ, ਉਹਨਾਂ ਨੂੰ ਪ੍ਰੋਸੀਕਿਊਟ ਕਰਨ ਲਈ, ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਕਰਨ ਲਈ ਵੀ ਇਹਨਾਂ ਨੇ ਆਪਣਾ ਯੋਗਦਾਨ ਪਾਇਆ, ਔਰ ਇਫੈਕਟਿਵ ਤਰੀਕੇ ਦੇ ਨਾਲ ਉਹਨਾਂ ਨੇ ਯੋਗਦਾਨ ਪਾਇਆ। ਸਾਨੂੰ ਖੁਸ਼ੀ ਹੈ ਸਰ ਦਰਬਾਰਾ ਸਿੰਘ ਗਿੱਲ ਸਾਡੇ ਨਾਲ ਲਾਈਨ ਦੇ ਉੱਤੇ ਹਨ। ਗਿੱਲ ਸਾਹਿਬ, ਜਸ ਪੰਜਾਬੀ TV ਵੱਲੋਂ ਦਰਸ਼ਕਾਂ ਦੇ ਰੂਬਰੂ ਹੋਣ ਲਈ ਆਪ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਹੀ ਇਸ ਕਰਕੇ ਹੋਈ ਸੀ, ਉਹਦੀ ਇੱਕੋ ਮੰਗ ਸੀ, ਉਹਦੇ ਪ੍ਰੀਐਂਬਲ ਵਿੱਚ ਇਹ ਲਿਖਿਆ ਸੀ ਕਿ ਇਸ ਐਕਟ ਦੇ ਰਾਹੀਂ ਸਰਕਾਰ ਐਲਾਨ ਕਰਦੀ ਹੈ ਕਿ ਸਰਕਾਰ ਗੁਰਦੁਆਰਿਆਂ ਵਿੱਚ ਮੁਦਾਖਲਤ ਨਹੀਂ ਕਰੇਗੀ। ਪਰ ਇਹ ਕੀ ਕਾਰਨ ਹੈ ਕਿ ਇਹਦਾ ਮੁੱਢਲਾ ਪ੍ਰੀਐਂਬਲ ਹੀ ਅੱਜ ਪੂਰਾ ਨਹੀਂ ਹੋ ਸਕਿਆ, ਭਾਵੇਂ ਉਹ ਜਿਹੜੀ ਸਰਕਾਰ ਆਉਂਦੀ ਹੈ ਉਹ ਇਸ ਦੇ ਵਿੱਚ ਦਖਲ ਦੇਣ, ਗੁਰਦੁਆਰਿਆਂ ਦੇ ਉੱਤੇ ਸਿੱਧੀ ਮੁਦਾਖਲਤ ਕਰਨ, ਇਨਡਾਇਰੈਕਟ ਮੁਦਾਖਲਤ ਕਰਨ ਤੋਂ ਆਪਣੇ ਆਪ ਨੂੰ ਕਿਉਂ ਨਹੀਂ ਰੋਕ ਸਕਦੀ? ਇਸ ਮੁੱਢਲੇ ਉਦੇਸ਼ ਵਿੱਚ ਕੀ ਕਿਹਾ ਜਾਏ ਕਿ ਪੰਥ ਅਸਫਲ ਹੋਇਆ ਹੈ? ਦੇਖੋ, ਜਿਹੜੀ ਸਿੱਖ ਧਰਮ ਹੈ ਇਹ ਬੜਾ ਆਜ਼ਾਦ ਧਰਮ ਹੈ, ਖਾਲਸਾ ਪੰਥ ਆਜ਼ਾਦ ਪੰਥ ਆ ਜੀ। ਇਹ ਜਸਟਿਸ ਦੇ ਖਿਲਾਫ ਲੜ, ਉਹ ਸਾਡੀ ਲਾਈਨ ਸ਼ਾਇਦ ਜੀ
ਲਾਈਨ ਟੁੱਟ ਗਈ ਹੈ, ਕਨੈਕਸ਼ਨ ਸਾਡਾ। ਹੈਲੋ ਹੈਲੋ ਸਟੂਡੀਓ, ਹੈਲੋ ਹੈਲੋ, ਸਾਡੀ ਲਾਈਨ ਦਾ ਕਨੈਕਸ਼ਨ। ਹਾਂਜੀ ਹਾਂਜੀ, ਰੱਖਿਆ ਲਈ ਬਾਕੀ ਜਾਂਦੀ ਹੈ ਤਾਂ ਉਹਨੇ ਕਿ ਟ੍ਰਾਂਸਲੇਟ ਕਰਦੇ ਆ, ਪਰ ਜਿਹੜੀ ਉਹਦੀ ਵਿਲੱਖਣਤਾ। ਗਿੱਲ ਸਾਹਿਬ, ਤੁਹਾਨੂੰ ਦੁਬਾਰਾ ਕਹਿਣਾ ਪੈਣਾ ਹੈ, ਵਿੱਚੋਂ ਆਵਾਜ਼ ਬੰਦ ਹੋ ਗਈ ਸੀ, ਤੁਹਾਨੂੰ ਤਕਲੀਫ ਦੇਣੀ ਪੈਣੀ ਹੈ, ਦੁਬਾਰਾ ਤੁਸੀਂ ਕਹੋ ਕੀ ਕਹਿਣਾ ਚਾਹੁੰਦੇ ਹੋ। ਹਾਂਜੀ, ਉਹਦੇ 'ਚ ਇਹ ਹੈ ਵੀ ਜਿਹੜਾ ਖਾਲਸਾ ਪੰਥ ਹੈ, ਆਜ਼ਾਦ ਪੰਥ ਆ, ਹੱਕ ਸੱਚ ਦੀ ਲੜਾਈ ਲੜਦਾ, ਜਿਹੜਾ ਸਿੱਖ ਧਰਮ ਆ ਤੇ ਸਟੇਟ ਦਾ ਟਕਰਾਅ ਹੈ, ਇਹ ਸਰੀਰੀ ਹੈ, ਪਹਿਲਾਂ ਵੀ ਚੱਲਿਆ ਉਹਦਾ ਜੀ, ਮੰਤਰੀ ਇਸੇ ਕਰਕੇ ਆਈ ਹੈ, ਚਾਹੇ ਇਨਵੇਡਰ ਸੀਗੇ ਕੋਈ ਸੀਗੇ, ਜਿਹੜਾ ਵੀ ਦਿੱਲੀ ਦਰਬਾਰ ਜਾ ਕੇ ਬੈਠੇ ਹੈ ਜੀ, ਉਸ ਨੇ ਕੋਸ਼ਿਸ਼ ਕੀਤੀ ਹੈ ਆਪਦੀ ਜਿਹੜੀ ਰਿੱਟ ਚਲਾਉਣ ਦੀ, ਪਰ ਖਾਲਸਾ ਪੰਥ ਤੇ ਕਿਸੇ ਹੱਦ ਤੱਕ ਚੱਲ ਸਕਦੀ ਆ ਜੀ, ਇਸ ਕਰਕੇ ਬੜੀ ਲੰਬੀ ਲੜਾਈ ਤੋਂ ਬਾਅਦ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਜੀ, ਲੰਬੀ ਲੜਾਈ ਤੋਂ ਬਾਅਦ ਇੱਕ ਐਨੈਕਟਿਡ ਲਾਅ ਜੀ AGPC ਦਾ ਬਣਿਆ, ਜਿਹਦੇ ਵਿੱਚ ਕਾਫੀ ਗੱਲਾਂ ਦੇ ਵਿੱਚ ਮੈਂ ਸਮਝਦਾ ਵੀ ਠੀਕ ਬਹੁਤ ਹੋਇਆ, ਪਰ ਫਿਰ ਵੀ ਇਹਦੇ 'ਚ ਜਿਹੜੀ ਦਖਲ ਅੰਦਾਜ਼ੀ ਹੈ ਸਟੇਟ ਦੀ, ਉਹ ਵਕਤ ਵਕਤ ਰਹਿੰਦੀ ਹੈ, ਇਹ ਰਹੂਗੀ ਵੀ ਜੀ, ਕਿਉਂਕਿ ਖਾਲਸਾ ਪੰਥ ਨੇ ਜਿਹੜੀ ਸਿੰਚਾਈ ਦੇ ਅਸੂਲ ਨੂੰ ਤੇ ਕੰਪਰੋਮਾਈਜ਼ ਨਹੀਂ ਕਰਨਾ ਜੀ, ਮੇਰੀ ਸਟੇਟ ਹੈਗੀ ਆ, ਮੇਰੀ ਹੈਂਕੜਬਾਜ਼ੀ ਵੀ ਬਹੁਤ ਆ, ਸਟੇਟ ਡੰਡਾ ਵੀ ਆ ਜੀ, ਕਈ ਵਾਰ ਕੰਟਰਾਡਿਕਸ਼ਨ ਆਉਂਦੀਆਂ ਨੇ, ਇਸ ਕਰਕੇ ਮੇਰੇ ਖਿਆਲ ਉਹ ਚੱਲਦੀਆਂ ਰਹਿੰਦੀਆਂ ਨੇ, ਪਰ ਫਿਰ ਵੀ AGPC ਬਣੀ ਹੈ, ਬੜੀ ਘਾਲਣਾ ਕਰਕੇ ਬਣਾਈ ਗਈ ਆ, ਇਸ ਇੰਸਟੀਟਿਊਸ਼ਨ ਸਿੱਖਾਂ ਦੀ ਕੰਸੋਲੀਡੇਸ਼ਨ ਜਿਹੜੀ ਹੈਗੀ ਆ ਉਹ ਇਹਦੇ ਨਾਲ ਬਣਦੀ ਆ, ਪਾਵਰ ਬਣਦੀ ਆ ਖਾਲਸਾ ਪੰਥ ਦੀ, ਇਹਨੂੰ ਪ੍ਰਜਾਵ ਰੱਖਣ ਦੀ ਲੋੜ ਆ, ਇਸ ਦੇ ਜਿਹੜੇ ਨੋਰਮਸ ਨੇ ਜੋ ਜਿੰਨੇ ਵੀ ਅਸੀਂ ਲੈ ਸਕੇ ਆ, ਇਹਨਾਂ ਨੂੰ ਹੋਰ ਵੀ ਵੱਧ ਕਰਨ ਦੀ ਲੋੜ ਆ, ਆਲ ਇੰਡੀਆ ਐਕਟ ਬਣਾਉਣ ਦੀ ਲੋੜ ਆ, ਬੜਾ ਲੰਬਾ ਚੋੜੀਆਂ ਜਿੰਨਾ ਨੇ, ਇਸ ਕਰਕੇ ਜਿਹੜਾ ਇਹ ਕੰਟਰਾਡਿਕਸ਼ਨ ਹੈ, ਇਸ ਨੂੰ ਮੈਂ ਸਮਝਦਾ ਹਜੇ ਪਾਸੇ ਰੱਖਦੇ ਹੋਏ ਸਾਨੂੰ ਅੱਜ ਕੇਂਦਰ ਤੇ ਕਰਨਾ ਚਾਹੀਦਾ ਕਿ ਜਦੋਂ AGPC ਦੀਆਂ ਇਲੈਕਸ਼ਨ ਆ ਗਈਆਂ ਜੀ, ਈਵਨ ਸਟੈਚੂਟ ਦੇ ਅੰਦਰ ਜਿਹੜਾ ਸਾਨੂੰ ਮਿਲਿਆ ਹੋਇਆ ਜੀ, ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਜਿਵੇਂ ਪਹਿਲਾਂ ਦੱਸਿਆ ਕਿ ਜਿਹੜੀ ਕੰਟੀਨਿਊਡ ਪਾਵਰ ਤੇ ਵੀ ਹੈਗੀ ਹੈ ਜੀ, ਉਹ ਆਪ ਖਰਾਬਾ ਕਰ ਰਹੀ ਹੈ, ਪੋਲੀਟੀਕਲ ਕਾਰਨਾਂ ਕਰਕੇ ਜਿਹੜਾ ਹੈਗਾ ਬਹੁਤ ਸਾਰੀ ਫਰਸਟ੍ਰੇਸ਼ਨ ਵੀ ਹੈ ਜੀ, ਜਿਹੜੇ ਸਿੱਖ ਅਸੂਲ ਨੇ ਕੰਪਰੋਮਾਈਜ਼ ਕਰਦੇ ਆ, ਅਕਾਲ ਤਖ਼ਤ ਦੀ ਅਥਾਰਟੀ ਨੂੰ ਅਬਿਊਜ਼ ਕੀਤਾ ਜਾਂਦਾ ਜੀ, ਬਹੁਤ ਸਾਰੇ ਮਸਲੇ ਨੇ ਜਿਹੜੇ ਲੋਕਾਂ ਸਾਹਮਣੇ ਆਉਣੇ ਆ ਇਲੈਕਸ਼ਨਾਂ ਦੇ ਦੌਰਾਨ, ਮੇਰੀ ਬੇਨਤੀ ਸਭ ਨੂੰ ਇਹੀ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਚੰਗੇ ਬੰਦੇ ਖੜੇ ਕਰਕੇ ਜੀ, ਕਿਸੇ ਪੋਲੀਟੀਕਲ ਐਫੀਲੀਏਸ਼ਨ ਨੂੰ ਛੱਡਦੇ ਹੋਏ ਚੰਗੇ ਬੰਦੇ ਲਿਆਓ, ਤਾਂ ਕਿ ਜਿਹੜਾ ਸਿੱਖ ਸੋਚਾ ਸਿੱਖ ਪੰਥ ਆ ਉਹਦੀ ਜਿਹੜੀ ਹੋਂਦ ਆ ਉਹਦੀ ਵਿਲੱਖਣਤਾ ਵੀ, ਤੇ ਐਵੇਂ ਹੱਕ ਸੱਚ ਦੀ ਲੜਾਈ ਵਿਦ ਇਨ ਸਟੇਟ। ਗਿੱਲ ਸਾਹਿਬ, ਮੈਂ ਇੱਕ ਨੁਕਤਾ, ਬੜਾ ਦਿਲਚਸਪ ਨੁਕਤਾ ਹੈ, ਕੋਈ ਸਮਾਂ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ, ਮਹਾਰਾਜਾ ਪਟਿਆਲਾ, ਮਹਾਰਾਜਾ ਭੁਪਿੰਦਰਾ ਸਿੰਘ, ਉਹਨਾਂ ਦੇ ਕੁੜਮ, ਉਹਨਾਂ ਦੇ ਆਪਣੇ ਕੁੜਮ ਸਾਰ, ਮਹਾਰਾਜਾ ਯਦਵਿੰਦਰਾ ਸਿੰਘ ਦੇ ਸਹੁਰਾ ਸਾਹਿਬ ਸਾ ਹਰਚੰਦ ਸਿੰਘ ਜੇਜੀ, ਹਾਲਾਂ ਸ਼ਾਹੀ ਪਰਿਵਾਰ ਸੀ, ਸਭ ਕੁਝ ਸੀ, ਪਰ ਉਹ ਮਤਲਬ ਧੜੇ ਨਾਲੋਂ ਧਰਮ ਨੂੰ ਤਰਜੀਹ ਦਿੱਤੀ। ਸਰਦਾਰ ਹਰਚੰਦ ਸਿੰਘ ਜੇਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਮਹਾਰਾਜਾ ਪਟਿਆਲਾ ਦੀ ਜੇਲ੍ਹ ਕੱਟੀ। ਮਹਾਰਾਜਾ ਪਟਿਆਲਾ, ਮਹਾਰਾਜਾ ਅਮਰਿੰਦਰ ਸਿੰਘ ਦੇ ਮਾਮਾ ਜੀ ਸਾ ਹਰਚੰਦ ਸਿੰਘ ਜੇਜੀ, ਗੁਰਦੁਆਰਾ ਸੁਧਾਰ ਲਹਿਰ ਦੇ ਖਾਤਰ ਉਹਨਾਂ ਨੇ ਮਹਾਰਾਜਾ ਭੁਪਿੰਦਰਾ ਸਿੰਘ ਪਟਿਆਲਾ ਦੀ ਜੇਲ੍ਹ ਕੈਦ ਕੱਟੀ। ਉਸ ਵੇਲੇ ਉਹਨਾਂ ਦੇ ਸਾਹਮਣੇ ਧਰਮ ਮੁੱਖ ਹੁੰਦਾ ਸੀ। ਹੁਣ ਕੀ ਕਾਰਨ ਹੋ ਗਿਆ
ਕਿ ਛੋਟੀਆਂ ਛੋਟੀਆਂ ਗਰਜ਼ਾਂ, ਛੋਟੀਆਂ ਛੋਟੇ ਲਾਲਚ, ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਲੋਕ ਆਪਣੇ ਧਰਮ ਨਾਲੋਂ ਧੜੇ ਨੂੰ ਤਰਜੀਹ ਦੇ ਰਹੇ ਹਨ, ਬਤੌਰੇ ਸਿੱਖ ਦੇ ਕਿਉਂ ਨਹੀਂ ਸੋਚ ਸਕਦੇ, ਇਹਦਾ ਕੀ ਕਾਰਨ? ਦੇਖੋ, ਇਹ ਮੈਂ ਇੱਕ ਬੇਨਤੀ ਕਰਨੀ ਹੈ ਵੀ ਆਪਾਂ ਨੇ ਵੀ ਬੜਾ ਕੁਝ ਦੇਖ ਲਿਆ ਜੀ, ਜਿਹੜੇ 60 ਸਾਲ ਆਪਾਂ ਗੁਜ਼ਰੇ ਆ, ਆਪਣੀ ਲਾਈਫ ਗੁਜ਼ਾਰੀ ਆ ਜੀ, ਵੀ ਜਿਹੜੀ ਸਾਰੀ ਸ੍ਰਿਸ਼ਟੀ ਆ ਜੀ, ਟੋਟਲ ਵਰਲਡ ਵਾਈਡ ਜਿਹੜੀ ਆਪਾਂ ਸਾਰੇ ਝਾਤ ਮਾਰੀਏ ਤਾਂ ਇਹਦੀ ਡੀਜਨਰੇਸ਼ਨ ਹੋਈ ਹੈ ਜੀ, ਮੋਰਲ ਵੈਲਿਊਜ ਵੀ ਹੋਈ ਹੈ, ਧਰਮਾਂ ਦੇ ਵਿੱਚ ਬਹੁਤ ਸਾਰੀ ਹੋਈ ਹੈ, ਜਿਹੜੀਆਂ ਧਾਰਮਿਕ ਕਨਫਲਿਕਟ ਬਹੁਤ ਜ਼ਿਆਦਾ ਹੈਗੀਆਂ ਨੇ। ਸਿੱਖ ਧਰਮ ਵੀ ਹੈ ਜਿਹਦੇ ਵਿੱਚ ਇਹਨਾਂ ਗੱਲਾਂ ਸਾਰੀਆਂ ਦਾ ਇੱਕ ਇਲਾਜ ਹੈ, ਪਰ ਫਿਰ ਵੀ ਸਿੱਖਾਂ ਦੇ ਵਿੱਚ ਵੀ ਹਿਊਮਨ ਆਦਮੀ ਉਹ ਕੰਮ ਕਰਦੇ ਆ, ਉਹਨਾਂ ਦੀ ਵੀ ਮੈਂ ਸਮਝਦਾ ਵੀ ਜਿਹੜੀ ਲੋਭ ਲਾਲਚ, ਜਿਹੜੀ ਕਾਰਪੋਰੇਟ ਵਰਲਡ ਹੈ ਉਹਦੇ ਚ ਵਿਚਰਨਾ, ਸਾਰੇ ਕੁਛ ਜੇ ਆਪਾਂ ਬਣਾ ਲਈਏ ਓਵਰਆਲ, ਉਹਦਾ ਅਸਰ ਆ। ਦੂਸਰਾ ਕਾਰਨ ਮੈਂ ਇਹ ਸਮਝਦਾ ਕਿ ਜਿਹੜੇ ਸਾਡੇ ਸਿੱਖਾਂ ਦੇ ਵਿੱਚੋਂ ਸਿੱਖ ਧਰਮ ਦਾ ਨਾਂ ਲੈ ਕੇ, ਸਿੱਖ ਧਰਮ ਨੂੰ ਯੂਜ਼ ਕਰਕੇ ਜੇ ਆਪਾਂ ਕਹਿ ਲਈਏ ਹੋਵੇਗਾ, ਉਸ ਨੂੰ ਕਹਿ ਕੇ ਪਾਵਰ ਚ ਆ ਜਾਂਦੇ ਆ ਜੀ, ਉਹ ਪਾਵਰ ਚ ਆ ਕੇ ਆਪਣੀ ਪਾਵਰ ਨੂੰ ਰਿਟੇਨ ਕਰਨ ਖਾਤਰ, ਪਾਵਰ ਚ ਰਹਿਣ ਖਾਤਰ ਦਿੱਲੀ ਦਰਬਾਰ ਨਾਲ, ਦਿੱਲੀ ਦੀ ਰੂਲਿੰਗ ਕਲਾਸਿਸ ਦੇ ਨਾਲ ਕਈ ਵਾਰ ਸਮਝੌਤੇ ਕਰਦੇ ਆ, ਕਈ ਵਾਰ ਸਮਝੌਤੇ ਕਰਦੇ ਆ। ਪਿਛਲੇ ਆਦਮੀ, ਪਿਛਲੇ ਜਿਹੜੇ ਆਪਣੇ ਸਾਰੀ ਹਿਸਟਰੀ ਹੈ ਸਿੱਖਾਂ ਦੀ, ਉਸ ਮੌਕੇ ਇਸ ਲੈਵਲ ਦੀ ਗੱਲ ਨਹੀਂ ਸੀ। ਆਪਾਂ ਸਾਲ ਤੱਕ ਦੇ ਜਥੇਦਾਰ ਦਾ ਰੋਲ ਦੇਖ ਲਓ, ਬਾਕੀ ਸਾਰੇ ਲੀਡਰਾਂ ਦੇਖ ਲਓ, ਜਿਵੇਂ ਤੁਸੀਂ ਜੇਜੀ ਸਾਹਿਬ ਦਾ ਕਿਹਾ, ਕੋਈ ਕੰਪਰੋਮਾਈਜ਼ ਨਹੀਂ ਸੀ ਕਰਦੇ, ਹੁਣ ਕਰਦੇ ਆ, ਅਨਫਾਰਚੂਨੇਟ ਹੈ, ਪਰ ਹੁਣ ਵੀ ਬਹੁਤ ਚੰਗੇ ਬੰਦੇ ਆ ਜਿਹੜੇ ਬੰਦਿਆਂ ਨੂੰ ਸਾਨੂੰ ਅੱਗੇ ਲਿਆਉਣ ਦੀ ਲੋੜ ਹੈ, ਤਾਂ ਕਿ ਜਿਹੜੀ ਸਿੱਖ ਧਰਮ ਦੇ ਟੀਨੇਟ ਸਿੱਖ ਗੁਰੂ ਸਾਹਿਬ ਨੇ ਸਾਡੀ ਰਾਹ ਤੇ ਪਾ ਕੇ ਸਾਰਾ ਕੁਛ ਸਾਨੂੰ ਇੱਡੀ ਬੜੀ ਦਾਤ ਬਖਸ਼ੀ ਹੈ, ਇਸ ਨੂੰ ਅਸੀਂ ਹੋਰ ਕਿਵੇਂ ਪ੍ਰਫੁੱਲਿਤ ਕਰ ਸਕਦੇ ਹਾਂ, ਇਹਦੇ ਵਿੱਚ ਕਾਰਗਿਰਦ ਰਹਿੰਦੇ ਹੋਏ ਮਾਨਵ ਦਾ ਅਸੀਂ ਕਿਵੇਂ ਸੇਵਾ ਕਰ ਸਕਦੇ ਹਾਂ, ਉਹਦੇ ਲਈ ਸਿੱਖਾਂ ਕੋਲ ਇੱਕ ਰਾਹ ਹੈਗਾ ਕਿ ਜਿਹੜੀ ਸਾਨੂੰ ਐਸ ਜੀ ਪੀ ਸੀ ਦੇ ਵਿੱਚ ਪਾਵਰ ਮਿਲੀ ਹੈ, ਕਿਉਂਕਿ ਸਾਰੀ ਪਾਵਰ ਵਰਲਡ ਵਾਈਡ ਸਪਰੈਡ ਹੁੰਦੀ ਆ, ਅਕਾਲ ਤਖ਼ਤ ਸਾਹਿਬ ਦੇ ਸਾਰੇ ਅੰਦਰ ਆਉਂਦੇ ਹੈਗੇ ਆ, ਠੀਕ ਹੈ, ਉਸ ਨੂੰ ਕਿਵੇਂ ਸਹੀ ਕੀਤਾ ਜਾਵੇ, ਜੇ ਕੋਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਚ ਐਸ ਜੀ ਪੀ ਸੀ ਦੇ ਪ੍ਰਧਾਨ ਜਾਂ ਕਿਸੇ ਗੁਰੂ ਸਾਹੀ ਆਉਂਦੀਆਂ ਨੇ, ਉਹਨੂੰ ਚੈੱਕ ਕਰਨ ਦਾ ਵਿਧੀ ਵਿਧਾਨ ਹੈ ਸਾਡੇ ਕੋਲ ਜੀ। ਗਿੱਲ ਸਾਹਿਬ, ਇੱਕ ਛੋਟਾ ਜਿਹਾ ਵਕਫਾ ਲੈਣਾ ਪੈਣਾ ਹੈ, ਇੱਕ ਬ੍ਰੇਕ ਤਕਨੀਕੀ ਕਾਰਨਾਂ ਕਰਕੇ। ਤੁਹਾਡਾ ਨੁਕਤਾ ਬਹੁਤ ਗੰਭੀਰ ਹੈ ਕਿ ਜੇ ਕਰੈਕਸ਼ਨ ਦਾ ਸਿਸਟਮ ਹੈ ਜਾਂ ਉਹਨੂੰ ਦਰੁਸਤ ਕਰਨ ਦੀ ਲੋੜ ਹੈ। ਤੁਸੀਂ ਗੱਲ ਕੀਤੀ ਅਕਾਲੀ ਦਲ ਦੀ, ਐਸ ਜੀ ਪੀ ਸੀ ਦੀ, ਅਕਾਲ ਤਖ਼ਤ ਸਾਹਿਬ ਦੀ, ਇਸ ਗੰਭੀਰ ਨੁਕਤੇ 'ਤੇ ਅਸੀਂ ਤੁਹਾਡੇ ਵਿਚਾਰ ਜ਼ਰੂਰ ਲਵਾਂਗੇ, ਪਰ ਇੱਕ ਵਕਫੇ ਦੇ ਬਾਅਦ। ਠੀਕ ਹੈ, ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸਰਦਾਰ ਬਾਰਾ ਸਿੰਘ ਗਿੱਲ, ਹਿਊਮਨ ਰਾਈਟਸ ਦੇ ਐਕਟੀਵਿਸਟ, IHRO ਦੇ ਚੇਅਰਪਰਸਨ, ਔਰ ਜਿਨ੍ਹਾਂ ਨੇ ਸਾਰੇ ਮਨੁੱਖੀ ਅਧਿਕਾਰਾਂ ਦੇ, ਧਾਰਮਿਕ ਮਸਲਿਆਂ ਦੇ ਉੱਤੇ ਉਹਨਾਂ ਨੇ ਬਹੁਤ ਕੰਮ ਕੀਤਾ, ਉਹ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਬਾਰੇ ਵਿਸ਼ਲੇਸ਼ਣ ਲਈ ਉਹ ਦਰਸ਼ਕਾਂ ਦੇ ਰੂਬਰੂ ਹਨ। ਗਿੱਲ ਸਾਹਿਬ, ਵਕਫੇ ਦੇ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ। ਇੱਕ ਬੜਾ ਮੁੱਢਲਾ ਜਿਹਾ ਔਰ ਮੋਟਾ ਜਿਹਾ ਸਵਾਲ ਹੈ ਕਿ ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ, ਅਕਾਲੀ ਦਲ
ਪੰਥ ਦਾ ਅੰਗ ਸੀ, ਪਰ ਸ਼੍ਰੋਮਣੀ ਕਮੇਟੀ ਦਾ ਮਤਲਬ ਸ਼੍ਰੋਮਣੀ ਹੁੰਦਾ। ਹੁਣ ਸ਼੍ਰੋਮਣੀ ਕਮੇਟੀ ਨੂੰ ਬਲਕਿ ਥੱਲੇ ਕਰਕੇ ਅਕਾਲੀ ਦਲ ਉਸਦੇ ਉੱਤੇ ਹਾਵੀ ਹੋ ਗਿਆ, ਔਰ ਖਾਸ ਕਰਕੇ ਜਦੋਂ ਕਿ ਅਕਾਲੀ ਦਲ ਇੱਕ ਸੈਕੂਲਰ ਪਾਰਟੀ ਹੋ ਗਿਆ। ਦੂਸਰੇ ਪਾਸੇ ਜਿਹੜੇ ਦੂਜੇ ਧੜੇ ਹਨ, ਜਾਂ ਤਾਂ ਬਿਲਕੁਲ ਉਹਨਾਂ ਦਾ ਧਰਮ ਨਾਲ ਕੋਈ ਤਲਕ ਹੀ ਨਹੀਂ, ਜਾਂ ਪੰਥ ਦੀ ਕਿਧਰੇ ਜ਼ਿਕਰ ਵੀ ਨਹੀਂ, ਜਿਵੇਂ ਕਾਂਗਰਸ ਹੈ ਜਾਂ ਕਾਂਗਰਸ ਸਪਾਂਸਰਡ ਜਥੇ ਹੈ। ਇਸ ਹਾਲਾਤ ਦੇ ਵਿੱਚ ਪੰਥ ਦੇ ਭਵਿੱਖ ਦਾ ਕੀ ਆਸਾਰ ਹੈ, ਕਿਵੇਂ ਉਸ ਨੂੰ ਨਜਿੱਠਿਆ ਜਾ ਸਕਦਾ? ਦੇਖੋ, ਮੈਂ ਸਮਝਦਾ ਵੀ ਇਹ ਗੱਲਾਂ ਕਹੀਆਂ ਨੇ, ਗੱਲਾਂ ਹੈਗੀਆਂ ਨੇ ਜੀ, ਗੱਲੀਆਂ ਗੱਲਾਂ ਹੈਗੀਆਂ ਨੇ। ਦੇਖੋ, ਜਿਹੜੇ ਜਿਹੜੇ ਟ੍ਰੈਡੀਸ਼ਨਲ ਜੀ ਅੱਜਕੱਲ ਮਾਧਵ ਸਾਹਿਬ ਨੇ ਜੀ, ਇਹਨਾਂ ਨੇ ਸਾਰੇ ਜਿਹੜੇ ਇੰਸਟੀਟਿਊਸ਼ਨ ਆ ਜੀ ਸਿਸਟਮੈਟਿਕਲੀ ਬੜੇ ਢੰਗ ਤਰੀਕੇ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਗਰਜ਼ਾਂ ਨੂੰ ਪੂਰੇ ਕਰਦੇ ਹੋਏ, ਹਰ ਇੱਕ ਨੂੰ ਕਿਸੇ ਨੂੰ ਲਾਲਚ ਲੋਭ ਪੋਲੀਟੀਕਲ ਪਾਵਰ ਦਿੰਦੇ ਹੋਏ, ਸਾਰਾ ਉਹਨਾਂ ਨੇ ਇੱਕ ਜਗੜ ਪੂਰੀ ਬਣਾਈ ਹੋਈ ਹੈ ਜੀ। ਜਿਹੜੀ ਆਪੋਜੀਸ਼ਨ ਗਰੁੱਪ ਨੇ ਵਿਦਨ ਵਿਦਨ ਸਿੱਖ ਪੰਥ, ਉਹ ਜ਼ਿਆਦਾ ਕੰਸੋਲੀਡੇਟਡ ਨਹੀਂ ਹੈ। ਉਹਦੇ ਕਾਰਨ ਨੇ ਬਹੁਤ ਸਾਰੇ ਜੀ ਵਿੱਚ ਬੜੀ ਬੜੀ ਲੰਬੀ ਲੜਾਈ ਲੜੀ ਆ। ਮੈਂ ਇੱਕੇ ਸਿਰਫ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਵੀ ਗਰੁੱਪ ਨੇ ਆਪੋਜੀਸ਼ਨ ਗਰੁੱਪ ਜੀ, ਚੰਗੇ ਬੰਦੇ ਇੰਡੀਪੈਂਡੈਂਟ ਜਾਂ ਕੋਈ ਜਿਹੜੇ ਤੁਸੀਂ ਗਰੁੱਪ ਦੀ ਜਗ੍ਹਾ ਹੈ, ਸਾਰਿਆਂ ਨੂੰ ਰਲ ਮਿਲ ਕੇ ਇਸ ਇੰਸਟੀਟਿਊਸ਼ਨ ਨੂੰ, ਇਸ ਜਿਹੜਾ ਇਨੈਕਟਿਡ ਲਾਅ ਆ ਜੋ ਸਾਨੂੰ ਇੱਕ ਸੰਵਿਧਾਨਿਕ ਤੌਰ ਤੇ ਇੱਕ ਸਾਨੂੰ ਮਿਲੀ ਹੋਈ ਹੈ ਗੱਲ SGPC ਦੀ, ਜਿਹੜਾ ਸਾਡਾ ਕੰਸੋਲੀਡੇਸ਼ਨ ਸੈਂਟਰ ਆ, ਇਸ ਦੀਆਂ ਇਲੈਕਸ਼ਨਾਂ ਦੇ ਵਿੱਚ ਉਹ ਜਿਹੜਾ ਤੁਸੀਂ ਗੱਲ ਕਹਿੰਦੇ ਹੋ ਨਾ, ਗੱਲਾਂ ਪਹਿਲਾਂ ਕਹੀਆਂ ਨੇ, ਫਰਸਟ੍ਰੇਸ਼ਨ ਦਾ ਕਾਰਨ ਬਣਦੇ ਨੇ ਪੰਥ ਚ ਲੋਕਾਂ ਚ ਆਪੋਜੀਸ਼ਨ ਗਰੁੱਪਾਂ ਦੇ ਵਿੱਚ, ਉਹਨਾਂ ਨੂੰ ਸਿੱਧਾ ਕਰਨ ਖਾਤਰ ਇੱਕੋ ਇੱਕ ਰਾਹ ਦੇ ਵਿੱਚ ਚੰਗੇ ਬੰਦੇ ਲਿਆਓ। ਜਿਹੜੀ ਕੋਈ ਜਗੜ ਹੈ, ਗਲਤ ਹੈ, ਅਕਾਲੜਾ ਦਾ ਜਥੇਦਾਰ ਗਲਤ ਹੈ, SGPC ਦਾ ਪ੍ਰਧਾਨ ਗਲਤ ਹੈ, ਪਰ ਇਹਦੇ ਵਿੱਚ ਇੱਕ ਗੱਲ ਹੈ ਕਿ ਤਰੀਕਾ ਜਕੜ ਬਣਾਉਣ ਦਾ ਜਾਂ ਜਕੜ ਕਟਾਉਣ ਦਾ, ਜਕੜ ਹਟਾਉਣ ਦਾ ਇੱਕੋ ਇੱਕ ਤਰੀਕਾ ਹੈ, ਚੋਣਾਂ। ਚੋਣਾਂ ਦੇ ਨਾਲ ਹੀ ਕਿਸੇ ਦਾ ਕੋਈ ਕਬਜ਼ਾ ਆਉਂਦਾ ਹੈ, ਚੋਣਾਂ ਦੇ ਰਾਹੀਂ ਹਟਾਇਆ ਜਾ ਸਕਦਾ ਹੈ। ਪਰ ਇੱਕ ਗੱਲ ਹੁਣ ਇਸ ਵੇਲੇ ਗਿੱਲ ਸਾਹਿਬ, ਜਿਹੜਾ ਤੁਹਾਨੂੰ ਬੜਾ ਸਿੱਧਾ ਸਵਾਲ ਹੈ, ਇੱਕ ਪਾਸੇ ਭਾਵੇਂ ਜਿਹੜਾ ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਫੀ ਚਿਰ ਤੋਂ ਜਿਨ੍ਹਾਂ ਦੀ ਸਰਪ੍ਰਸਤੀ ਜਾਂ ਉਹਨਾਂ ਦਾ ਅਧਿਕਾਰ ਸੀ, ਉਹਨਾਂ ਨੇ ਇੱਕ ਪੋਜ਼ਿਟਿਵ ਵੇ 'ਚ ਇਹ ਕੰਮ ਹੋਇਆ ਕਿ ਪਿਛਲੀ ਜਿਹੜੀਆਂ ਉਹਨਾਂ ਦੀਆਂ ਚੋਣਾਂ ਹੋਈਆਂ, ਉਸ ਤੋਂ ਬਾਅਦ RSS ਦੇ ਅਗੇਂਸਟ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ। ਉਸ ਉਹਨਾਂ ਦੇ ਕਾਰਜਕਾਲ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਕਲੀਅਰ ਹੋਈ, ਉਹਨਾਂ ਦੇ ਕਾਰਜਕਾਲ ਦੇ ਵਿੱਚ ਗੈਰ ਸਿੱਖਾਂ ਦੀਆਂ ਵੋਟਾਂ ਨੂੰ ਕਾਨੂੰਨੀ ਤੌਰ ਦੇ ਨਾਲ ਉਹਨਾਂ ਨੂੰ ਹਟਾਇਆ ਗਿਆ। ਦੂਜੇ ਪਾਸੇ ਉਹ ਗਰੁੱਪ ਹਨ ਜਿਹੜੇ ਕਿ ਐਲਾਨੀਆ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ ਚਾਹੁੰਦੇ ਹੈ, ਸ਼੍ਰੋਮਣੀ ਕਮੇਟੀ ਤੋੜਨ ਲਈ ਅਕਾਲ ਤਖਤ ਸਾਹਿਬ 'ਤੇ ਕਬਜ਼ਾ ਕਰਨਾ ਚਾਹੁੰਦੇ ਹੈ, ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਤਾਕਤ ਨੂੰ ਘਟਾਉਣ ਲਈ। ਇਸ ਹਾਲਤ ਦੇ ਵਿੱਚ ਆਮ ਸਿੱਖ ਕੀ ਕਰ ਸਕਦਾ ਹੈ? ਦੇਖੋ, ਜਿਹੜੀ ਤੁਸੀਂ ਗੱਲ ਕਹੀ ਹੈ ਬਹੁਤ ਵੱਡੀ ਗੱਲ ਕਹੀ ਹੈ ਜੀ, ਕਹਿਣ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ, ਪਰ ਮੈਂ ਸਮਝਦਾ ਵੀ ਨਹੀਂ ਹੈ ਇਸ ਤਰ੍ਹਾਂ ਜੀ। ਜਿਹੜੇ ਜਿਵੇਂ ਵੀ ਜਿਹੜੇ ਤੁਸੀਂ ਕਾਬਜ਼ ਗਰੁੱਪ ਜਾਂ ਜਿਹੜੇ ਸਰਪ੍ਰਸਤੀ ਜਿਹਨਾਂ ਦਾ ਨਾਮ ਤੁਸੀਂ ਲਿਆ ਜੀ, ਇਹਨਾਂ ਦੀ ਮਜ਼ਬੂਰੀ ਸੀ ਇਹ ਜੀ, ਲੋਕਾਂ ਦੀਆਂ ਭਾਵਨਾਵਾਂ, ਸਿੱਖ ਟੈਨੈਂਟਸ ਅਸੂਲ ਨੇ ਜਿਹੜੇ, ਉਸ ਨੂੰ ਨਜ਼ਰ ਅੰਦਾਜ਼ ਕਰਕੇ ਤੁਸੀਂ
ਨਹੀਂ ਰਹਿ ਸਕਦੇ ਖਾਲਸਾ ਪੰਥ ਦੇ ਲੀਡਰਸ਼ਿਪ ਦੇ ਵਿੱਚ, ਉਹਨਾਂ ਨੂੰ ਮਜ਼ਦੂਰੀ ਵਾਸਤੇ ਲੋਕਾਂ ਦੇ ਪ੍ਰੈਸ਼ਰ ਵਾਸਤੇ ਕਰਨਾ ਪੈਂਦਾ। ਠੀਕ ਹੈ, ਅਨਫੋਰਚੂਨੇਟ ਜਿਹੜੇ ਅਪੋਜੀਸ਼ਨ ਗਰੁੱਪ ਆ ਜੀ, ਉਹ ਸਿਰਫ ਅਪੋਜੀਸ਼ਨ ਫਾਰ ਦਾ ਸੇਕ ਆਫ ਅਪੋਜੀਸ਼ਨ ਕਰਦੇ ਜੀ ਜੀ, ਉਹ ਜੇ ਕੋਈ ਰੂਲਿੰਗ ਗਰੁੱਪ ਚੰਗਾ ਕੰਮ ਕਰਦਾ ਜੀ, ਉਹ ਹੇਲ ਕਰਨ ਦੀ ਬਜਾਏ ਜਿਹੜੇ ਦੁਸ਼ਮਣ ਨੇ ਜੀ ਦਿੱਲੀ ਦਰਬਾਰ ਚ ਬੈਠੇ, ਜਿਹੜੇ ਅਕਾਲ ਤਖ਼ਤ ਨੂੰ ਜਾਂ ਐਸ ਜੀ ਪੀ ਸੀ ਨੂੰ ਚਾਹੁੰਦੇ ਆ ਕਿ ਨਾ ਹੋਵੇ ਸਿੱਖਾਂ ਦੀ ਸਰਪ੍ਰਸਤੀ, ਨਾ ਬਣੇ ਖਾਲਸਾ ਪੰਥ ਦੀ, ਉਹ ਸਿਰਫ ਉਹ ਉਤਸ਼ਾਹਿਤ ਕਰਦੇ ਆ, ਇਹ ਚੁੱਪ ਕਰਦੇ ਆ, ਇਹ ਸ਼ਬਦਾਂ ਮੈਂ ਬੜੀ ਘਰਾਉਣੀ ਚੁੱਪ ਆ। ਉਹ ਜਿਹੜੀ ਗੱਲ ਹੈ ਥੋੜੀ ਅਸਲੀ ਥੋੜਾ ਬਦਲ, ਜੋ ਤੁਸੀਂ ਚਾਹ ਰਹੇ ਹੋ ਕਿ ਜਿਹੜੀ ਗਲਤ ਪਾਵਰ ਜਿਹਦੇ ਹੱਥਾਂ ਚ ਹੈਗੀ ਉਹਨੂੰ ਜੇ ਬਦਲੇ, ਸਾਨੂੰ ਬਹੁਤ ਮਾਹੌਲ ਮਿਲਿਆ। ਮੈਂ ਆਪ ਉਹਨਾਂ ਦੇ ਨਾਲ ਚੰਗੇ ਬੰਦੇ ਕਿਸੇ ਪੋਲੀਟੀਕਲ ਗਰੁੱਪ ਦੇ ਨਾਲ ਹੋਣ, ਠੀਕ ਹੈ, ਪਰ ਜੋ ਚੰਗੇ ਬੰਦੇ ਖੜੇ ਕਰਕੇ ਉਹਨਾਂ ਨੂੰ ਨਾਲ ਲਿਆਉਣ ਦੀ ਲੋੜ ਹੈ, ਜਿੱਥੇ ਜਿੱਥੇ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਮੈਡ ਕੀਤਾ ਜਾ ਸਕਦਾ। ਯਾਨੀ ਧੜੇ ਨਾਲੋਂ ਧਰਮ ਨੂੰ ਤਰਜੀਹ ਦੇਣੀ ਚਾਹੀਦੀ ਹੈ, ਉਹੀ ਜਿਹੜਾ ਮੁੱਢਲਾ ਅਸੂਲ ਹੈ ਦੇਣੀ ਚਾਹੀਦੀ ਹੈ। ਸਿਰਫ ਵੀ ਆਪੋਜੀਸ਼ਨ ਸੀ ਬਾਦਲ ਸਾਹਿਬ ਨਾਲ ਜੀ, ਨਹੀਂ ਸਾਡਾ ਮੇਲ ਸਾਡਾ ਪੋਲੀਟੀਕਲ ਕਾਰਨ ਉਹਦੀ ਹੋ ਸਕਦਾ, ਪਰ ਨਾ ਤੁਹਾਨੂੰ ਐਗਜੀਬਿਸ਼ਨ ਨਾ ਕੱਢੋ, ਠੀਕ ਹੈ, ਚੰਗੇ ਬੰਦੇ ਲੈ ਕੇ ਆਓ, ਠੀਕ, ਜਿਹੜੇ ਬੰਦੇ ਆ ਕੇ ਜਿਹੜੇ ਆਪਾਂ ਚਾਹੁੰਦੇ ਆ ਉਹ ਬਦਲਾ ਕੀਤਾ ਜਾ ਫਿਰ, ਇਹ ਸਾਨੂੰ ਇੱਕ ਵਰਦਾਨ ਆ ਤੇ ਲੜਾਈਆਂ ਘੋਲਣਾ ਦੇ ਬਾਅਦ ਸਾਨੂੰ ਇਹ ਐਗਜੀਬਿਸ਼ਨ ਮਿਲੀ ਆ, ਮੌਕਾ ਮਿਲਿਆ ਹੋਇਆ ਸਾਰੇ ਗਰੁੱਪਾਂ ਨੂੰ ਇਕੱਠੇ ਹੋ ਕੇ ਆਪੋਜੀਸ਼ਨ ਗਰੁੱਪ ਨੂੰ ਵੀ ਆਪਣਾ ਕੋਈ ਫਰੰਟ ਬਣਾ ਕੇ ਚੰਗੇ ਬੰਦੇ ਲੈ ਕੇ ਆਉਣ, ਤਾਂ ਕਿ ਇਸ ਦੇ ਵਿੱਚ ਜਿਹੜੀਆਂ ਕੋਈ ਖਾਮੀਆਂ ਆ ਗਈਆਂ ਨੇ ਜੀ ਉਹਨਾਂ ਨੂੰ ਦੂਰ ਕੀਤਾ ਜਾ। ਠੀਕ ਹੈ ਗਿੱਲ ਸਾਹਿਬ, ਤੁਹਾਡਾ ਸਮਾਂ ਦੇਣ ਲਈ ਔਰ ਪੂਰੇ ਵਿਸਥਾਰ ਨਾਲ ਉਹ ਸਾਰੇ ਮਸਲੇ ਦਾ, ਕਿਉਂਕਿ ਤੁਸੀਂ ਬਹੁਤ ਹੀ ਡੂੰਘੀ ਤਰੀਕੇ ਦੇ ਨਾਲ ਸਾਰਿਆਂ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋ, ਇਹ ਸਾਰਾ ਆਪਣੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਲਈ ਅਦਾਰਾ ਜਸ ਪੰਜਾਬੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਸਾਹ ਦਰਬਾਰਾ ਸਿੰਘ ਗਿੱਲ, IHRO ਦੇ ਚੇਅਰਪਰਸਨ, ਉਹਨਾਂ ਨੇ ਆਪ ਨਾਲ ਜੋ ਚੋਣਾਂ ਆ ਰਹੀਆਂ ਹਨ, ਰਿਜ਼ਲਟ ਇਹ ਹੈ, ਮੁੱਦਾ ਇਹ ਹੈ, ਉਹ ਸਾਰੇ ਦਾ ਨਿਚੋੜ ਇਹ ਹੈ ਕਿ ਧਰਮ ਨਾਲੋਂ ਧਰਮ ਉੱਤੇ ਹੋਣਾ ਚਾਹੀਦਾ ਧੜਾ, ਨਹੀਂ ਧੜੇ ਨਾਲੋਂ ਧਰਮ ਪਿਆਰਾ ਹੋਣਾ ਚਾਹੀਦਾ। ਐਸਾ ਨਾ ਹੋਏ ਜਿਵੇਂ ਇੱਕ ਵਾਰ ਤਨਜ਼ੀਆ ਲਹਿਜ਼ੇ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਪੁੱਛਿਆ ਸੀ ਧਰਮ ਪ੍ਰਚਾਰ ਕਮੇਟੀ ਕੀ ਕਰਦੀ ਹੈ, ਉਹਨਾਂ ਨੇ ਕਿਹਾ ਸੀ ਧਰਮ ਪ੍ਰਚਾਰ ਛੱਡ ਕੇ ਬਾਕੀ ਸਭ ਕੁਝ ਕਰਦੀ ਹੈ। ਸੋ ਇਸ ਕਰਕੇ ਵੀ ਇਹ ਗੱਲ ਜ਼ਰੂਰੀ ਹੈ। ਹੁਣ ਸਮਾਂ ਹੈ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਦਿੱਤੇ ਨੰਬਰਾਂ 'ਤੇ ਜਿਹੜੇ ਸਕਰੀਨ 'ਤੇ ਹਨ, 7187865221 ਦੇ ਉੱਤੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ, ਸਮਾਂ ਹੈ ਤੁਹਾਡੀਆਂ ਕਾਲਸ ਲੈਣ ਦਾ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਹਾਂਜੀ, ਰਾਜ ਸਿੱਧੂ ਬੋਲ ਰਹੇ ਜੀ, ਸੈਨ ਫਰਾਂਸਿਸਕੋ ਤੋਂ ਜੀ। ਸਿੱਧੂ ਸਾਹਿਬ, ਹਾਂਜੀ ਸਾਹਿਬ ਜੀ, ਮੈਂ ਨਾ ਇਹ ਕਹਿਣਾ ਚਾਹੁੰਦਾ ਸੀ ਜੀ, ਜਿਹੜੀ ਹੁਣ ਅਕਾਲੀ ਦਲ ਆ ਜਿਹੜੀ ਇਹ ਆਪਣੇ ਬਣੇ ਨੇ, ਇਹ ਹੁਣ ਅਕਾਲੀ ਦਲ ਨਹੀਂ ਰਹੇ, ਇਹ ਬੀਜੇਪੀ RSS ਦੇ ਬੰਦੇ ਬਣ ਗਏ ਬਿਲਕੁਲ। ਇਹਨਾਂ ਦਾ ਸਿਰਫ ਨਾਂ ਚੇਂਜ ਕਰਨਾ, ਬਾਕੀ ਸਾਰੇ ਕੰਮ ਬੀਜੇਪੀ ਦੇ ਕਹਿਣੇ ਤੇ ਹੁੰਦੇ ਨੇ, RSS ਦੇ ਕਹਿਣੇ ਤੇ ਹੁੰਦੇ ਨੇ ਜੀ। ਜਿਹੜੀ ਅਕਾਲੀ ਦਲ ਆ ਇਹ ਸਿੱਖ ਕੌਮ ਲਈ ਹੁਣ ਵਫ਼ਾਦਾਰ ਨਹੀਂ ਰਹੀ ਜੀ। ਜੀ ਬਿਲਕੁਲ, ਹੁਣ ਸਿੱਖਾਂ ਨੂੰ ਖਤਮ ਕਰਨਾ ਕੋਸ਼ਿਸ਼ ਕਰ ਰਹੀ ਹੈ ਜੀ ਪੂਰੀ ਜੀ। ਉਹੀ ਸਵਾਲ ਜਿਹੜਾ ਸੀ ਕਿ ਸਿੱਧੂ ਸਾਹਿਬ, ਕਿ ਇਹ ਜਿਹੜੀਆਂ ਚੋਣਾਂ ਹੀ ਇੱਕ ਤਰੀਕਾ, ਹੋਰ ਤੇ ਕੋਈ ਤਰੀਕਾ ਹੈ ਨਹੀਂ, ਕੋਈ ਫਿਜ਼ੀਕਲੀ ਤੇ ਤੁਸੀਂ ਕਿਸੇ ਨੂੰ ਚੁੱਕ ਕੇ ਬਾਹਰ ਨਹੀਂ ਸੁੱਟ ਸਕਦੇ, ਤਰੀਕਾ ਤੇ ਸਿੱਖ ਕੌਮ
ਉਮਰੇ ਜੀ ਜੀ ਆਪਾਂ ਇਹਨੂੰ ਚੇਂਜ ਨਹੀਂ ਫਿਰ ਕੌਣ ਕਰੇਗਾ ਕਿਉਂਕਿ ਇਹਦੇ ਕਰਾਂਗੇ ਜੀ ਆਪਾਂ ਕਰਾਂਗੇ ਜੀ ਚਲੋ ਠੀਕ ਹੈ ਪਰ ਦੂਜੇ ਪਾਸੇ ਵੀ ਜਿਹੜੀ ਜਾਂ ਤਾਂ ਕਾਂਗਰਸ ਹੈ ਜਿਹੜੀ ਐਲਾਨੀਆ ਤੌਰ ਦੇ ਉੱਤੇ ਇਸ ਕਮੇਟੀ ਦੇ ਹੀ ਖਿਲਾਫ ਹੈ ਕਮੇਟੀ ਤੋੜ ਦੇਣੀ ਚਾਹੀਦੀ ਹੈ ਸੋ ਇਸ ਹਾਲਤ ਦੇ ਵਿੱਚ ਜਿਹੜੇ ਆਮ ਲੋਕ ਹੈ ਗਿੱਲ ਸਾਹਿਬ ਨੇ ਤਾਂ ਰਾਏ ਦਿੱਤੀ ਹੈ ਕਿ ਤੁਸੀਂ ਧੜੇ ਨਾਲੋਂ ਧਰਮ ਦਾ ਗੱਲ ਕਰਕੇ ਜਿਹੜੇ ਚੰਗੇ ਬੰਦੇ ਚੁਣਨ ਦੀ ਕੋਸ਼ਿਸ਼ ਕਰੋ ਚੰਗੇ ਬੰਦੇ ਆਪਣੇ ਆਪਾਂ ਨੂੰ ਇਹਨਾਂ ਨੇ ਜਦ ਤੱਕ ਅਕਾਲੀ ਦਲ ਮੂਹਰੇ ਇਹਨਾਂ ਨੇ ਚੰਗੇ ਬੰਦੇ ਆਉਣ ਨਹੀਂ ਦੇਣੇ ਜੀ ਜੇ ਚੰਗੇ ਬੰਦੇ ਆਉਣਗੇ ਉਹਨੂੰ ਉਹਨੂੰ ਕੁਛ ਨਾ ਕੁਛ ਕਰਕੇ ਉਹਨੂੰ ਮਰਵਾ ਦਿੱਤਾ ਜਾਊਗਾ ਜਾਂ ਉਹਨੂੰ ਖਤਮ ਕਰ ਦਿੱਤਾ ਜਾਊਗਾ ਕਿਉਂਕਿ ਆਰ ਐਸ ਐਸ ਬੀਜੇਪੀ ਉਹਦੇ ਮਗਰ ਆ ਤੁਹਾਡਾ ਮਤਲਬ ਚੰਗੇ ਬੰਦਿਆਂ ਨੂੰ ਅਕਾਲੀ ਬਣਾ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਤੁਹਾਡੇ ਸੁਨੇਹਾ ਜਿਹੜਾ ਬਹੁਤ ਸਪਸ਼ਟ ਔਰ ਬੜੀ ਤਿੱਖੀ ਸੁਰ ਵਿੱਚ ਬਹੁਤ ਮਿਹਰਬਾਨੀ ਹੈਲੋ ਹਾਂਜੀ ਲਾਭੇ ਵਾਹਿ ਖਾਲਸਾ ਫਤਿਹ ਜੀ ਹਾਂਜੀ ਜਰਨੈਲ ਸਿੰਘ ਜੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਨੁਮਾਇੰਦੇ ਹੋ ਤੁਸੀਂ ਦੱਸੋ ਸਾਰਾ ਨਜ਼ਲਾ ਤੁਹਾਡੇ ਤੇ ਗਿਰ ਰਿਹਾ ਅੱਜ ਹਾਂਜੀ ਨਹੀਂ ਲਾਭਾ ਜੀ ਬੇਨਤੀ ਏਦਾਂ ਹੈ ਦੇਖੋ ਹੋਰ ਕੋਈ ਨੀ ਇਹ ਸਾਰੀਆਂ ਗੱਲਾਂ ਤੁਸੀਂ ਦੱਸ ਚੁੱਕੇ ਹੋ ਜੀ ਇਹ ਗੱਲਾਂ ਤੁਸੀਂ ਵੀ ਦੱਸੀਆਂ ਤੇ ਗਿੱਲ ਸਾਹਿਬ ਨੇ ਦੱਸੀਆਂ ਨੇ ਜੀ ਇਸ ਟਾਈਮ ਤੋੜ ਕੋਈ ਨੀ ਹੈਗਾ ਹਾਂ ਇੱਕ ਚੀਜ਼ ਕਹੀ ਜਾ ਸਕਦੀ ਹੈ ਭਾਵੇਂ ਅਸੀਂ ਅਕਾਲੀ ਦਲ ਵਾਲੇ ਹਾਂ ਠੀਕ ਹੈ ਬੜੀ ਵਧੀਆ ਗੱਲ ਹੈਗੀ ਹੈ ਅਸੀਂ ਉਹਨਾਂ ਨਾਲ ਖੜੇ ਹਾਂ ਸ਼ੁਰੂ ਤੋਂ ਕਾਫੀ ਦੇਰ ਤੋਂ ਜੀ ਲੇਕਿਨ ਮੈਂ ਇੱਕ ਚੀਜ਼ ਇੱਥੇ ਜ਼ਰੂਰ ਕਹਾਂਗਾ ਕਿ ਫਿਰ ਵੀ ਇਹ ਸਿੱਖ ਸੰਗਤ ਦਾ ਜਿਹੜਾ ਹੈਗਾ ਸੰਬੋਲਿਕ ਅਧਿਕਾਰ ਹੈ ਕਿ ਉਹ ਅੱਜ ਵੀ ਅਗਰ ਚਾਹਣ ਜੀ ਤੇ ਪਾਰਟੀ ਬਾਰੀ ਤੋਂ ਉੱਪਰ ਉੱਠ ਕੇ ਜੀ ਜੀ ਉਹਨਾਂ ਨੁਮਾਇੰਦਿਆਂ ਨੂੰ ਵੋਟਾਂ ਪਾਉਣ ਜਿਹੜੇ ਸਿੱਖਾਂ ਦੀ ਇਸ ਪਾਰਲੀਮੈਂਟ ਨੂੰ ਜੀ ਹੋਰ ਨਵੀਂ ਦਿੱਖ ਦੇ ਸਕਣ ਜੀ ਜੀ ਜੇ ਕਿਸੇ ਨੂੰ ਸ਼ੱਕ ਹੈ ਤਾਂ ਇਹ ਕੀਤਾ ਜਾ ਸਕਦਾ ਜੀ ਅਦਰਵਾਇਜ਼ ਮੇਰੇ ਖਿਆਲ ਦੇ ਮੁਤਾਬਕ ਅਕਾਲੀ ਦਲ ਦਾ ਤੋੜ ਕੋਈ ਨਹੀਂ ਹੈਗਾ ਜੀ ਜੀ ਠੀਕ ਹੈ ਗੁਰਮੀਤ ਸਿੰਘ ਜੀ ਜੀ ਆਇਆਂ ਨੂੰ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਤੁਸੀਂ ਜਿਹੜੀ ਗੱਲ ਕਹੀ ਹੈ ਵੀ ਇਹਨਾਂ ਨੇ ਸਿੱਖ ਦੀ ਪਰਿਭਾਸ਼ਾ ਤੇ ਇਹਨਾਂ ਦਾ ਸਿੱਖ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ ਜੇ ਆਪਣਾ ਦਿੱਲੀ ਤੋਂ ਸਰਦਾਰ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ ਜਿਹੜੇ ਆਪਣੇ ਪਲਵਲ ਵਾਲੇ ਨੇ ਜੇ ਨਾ ਜਾ ਕੇ ਉੱਥੇ ਦਖਲ ਦਿੰਦੇ ਤੇ ਤਾਂ ਇਹਨਾਂ ਦਾ ਸਿੱਖ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ ਮੈਂ ਤੁਹਾਡੇ ਨਾਲ ਕਿਸੇ ਆਰਗੂਮੈਂਟ ਵਿੱਚ ਨਹੀਂ ਆਉਣਾ ਚਾਹੁੰਦਾ ਬੇਨਤੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਹਾਈ ਕੋਰਟ ਵਾਸਤੇ ਮੈਂ ਉਸਦਾ ਖੁਦ ਮੈਂਬਰ ਵੀ ਸੀਗਾ ਸ਼੍ਰੋਮਣੀ ਉਹਨਾਂ ਨੇ ਹਾਈ ਕੋਰਟ ਨੇ ਇੱਕ ਲਾਈਨ ਦਾ ਸਵਾਲ ਪੁੱਛਿਆ ਸੀ ਸ਼੍ਰੋਮਣੀ ਕਮੇਟੀ ਨੂੰ ਇੱਕੋ ਨੁਕਤਾ ਸੀ ਕਿ ਸਹਿਜਧਾਰੀ ਲਈ ਕੇਸਾਧਾਰੀ ਹੋਣਾ ਜ਼ਰੂਰੀ ਹੈ ਜਿਸ ਦਾ ਜਵਾਬ ਇਹਨਾਂ ਦੇ ਜਿਹੜੇ ਲਿਖਤ ਐਫੀਡੇਵਿਟ 'ਤੇ ਹੋਣਾ ਸੀ ਇਹਨਾਂ ਨੇ ਕਿਹਾ ਸੀ ਜ਼ਰੂਰੀ ਹੈ ਉਹਦੀ ਬੁਨਿਆਦ ਦੇ ਉੱਤੇ ਫੈਸਲਾ ਹੋਇਆ ਇਹਨਾਂ ਨੇ ਤੇ ਉੱਥੇ ਸਾਰਾ ਇਹ ਕਰ ਦੇਣਾ ਸੀਗਾ ਤੇ ਨਹੀਂ ਜ਼ਰੂਰੀ ਆ ਜੇ ਦਿੱਲੀ ਵਾਲੇ ਵਿੱਚ ਦਖਲ ਨਾ ਦਿੰਦੇ ਇਹ ਮੇਰਾ ਖਿਆਲ ਹੈ ਤੇ ਇਹਨਾਂ ਦਾ ਸਾਰਾ ਕੁਝ ਬਦਲ ਜਾਣਾ ਸੀ ਤੁਸੀਂ ਸਿੱਧੇ ਰੂਪ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਹੋ ਔਰ ਇਹਨਾਂ ਨੂੰ ਸਾਡੇ ਉੱਤੇ ਧੱਕੇ ਨਾਲ ਤੁਸੀਂ ਸੋਚਦੇ ਹੋ ਮੈਂ ਇੱਕ ਹੋਰ ਬੇਨਤੀ ਕਰਦੇ ਆ ਤੁਸੀਂ ਸੁਣ ਲਓ ਕੋਈ ਗੱਲ ਨਹੀਂ ਤੁਹਾਡੇ ਆਪਣੇ ਵਿਚਾਰ ਜ਼ਰੂਰੀ ਹੈ ਦੂਸਰੀ ਗੱਲ ਜਿਹੜੀ ਬਹੁਤ ਵੱਡੀ ਹੈ ਮੈਂ ਤੁਹਾਨੂੰ ਲਾਈਨ ਤੇ ਲੈ ਕੇ ਹੀ ਕਹਿ ਰਿਹਾ ਕਿ ਜਿਹੜੀ ਇਸ ਤੋਂ ਪਹਿਲੇ ਗੈਰ ਸਿੱਖਾਂ ਦੀਆਂ ਵੋਟਾਂ ਵੀ ਸ਼੍ਰੋਮਣੀ ਕਮੇਟੀ 'ਚ ਅਲਾਊਡ ਸੀਗੀਆਂ ਪਿਛਲੀ ਇਸੇ ਕਾਰਜਕਾਲ ਵਿੱਚ ਐਕਟ ਪਾਸ ਕਰਕੇ ਐਲ ਕੇ ਅਡਵਾਨੀ ਨੇ ਉਹ ਸਾਈਨ ਕਰਕੇ
ਉਹ ਐਕਟ 'ਚ ਅਮੈਂਡਮੈਂਟ ਕਰਕੇ ਉਹ ਵੋਟਾਂ ਹਟਾਈਆਂ। ਇਹ ਪਹਿਲੀ ਵਾਰ ਹੈ ਕਿ ਕੇਵਲ ਕੇਸਾਧਾਰੀ ਹੀ ਹੋਏ ਹੈਗੇ ਆ, ਦੂਜੇ ਨਹੀਂ ਹੋ ਸਕਦੇ, ਇਹਦੇ ਵਿੱਚ ਕਿਸੇ ਹੋਰ ਦਾ ਦਖਲ ਨਹੀਂ ਸੀ। ਉਹਨਾਂ ਵੋਟਾਂ ਦਾ ਕੀ ਬਣੇਗਾ ਜਿਹੜੀਆਂ ਬਣਾਰਤੀਆਂ ਸਾਰੀਆਂ ਰਾਜ ਜਿਹੜੇ ਅਸਾਈ ਸੀ ਉਹਨਾਂ ਨੂੰ ਵੀ ਰਾਜ ਮਸੀਹ ਸਿੰਘ ਕਰਕੇ ਬਣਾਰਤੀਆਂ, ਉਹਨਾਂ ਨੂੰ ਪਤਾ ਵੀ ਸਾਨੂੰ ਅੰਮ੍ਰਿਤਧਾਰੀ ਸਿੱਖਾਂ ਦੀਆਂ ਵੋਟਾਂ ਪੈਣੀਆਂ ਨੇ ਤੇ ਹੁਣ ਹਿੰਦੂਆਂ ਦੀਆਂ ਤੇ ਇਸਾਈਆਂ ਦੀਆਂ ਤੇ ਹੁਣ ਨਾਥ ਸਿੰਘ ਲੈ ਕੇ ਵੋਟਾਂ ਬਣਾਤੀਆਂ, ਉਹ ਧੱਕੇ ਦੇ ਨਾਲ ਵੋਟਾਂ ਪਵਾ ਲੈਣੀਆਂ। ਔਰ ਜਿਹੜਾ ਮਨਸੂਰ ਸਿੰਘ ਆ ਜਿਹੜਾ ਚੇਅਰਮੈਨ ਆ ਉਹਦੀ ਲੜਕੀ ਨੂੰ ਇਹਨਾਂ ਨੇ ਇੱਕ ਵੱਡੀ ਪੋਸਟ ਦੇ ਦਿੱਤੀ ਆ, ਸਾਰਾ ਸਾਰਾ ਕੁਛ ਇਹਨਾਂ ਨੇ ਉਹਦੇ ਕੋਲ ਜਸ ਕਰਾ ਲਿਆ। ਤੁਸੀਂ ਮੁਬਾਰਕ ਹੈ ਤੁਹਾਡੀ ਇਨਫੋਰਮੇਸ਼ਨ, ਤੁਸੀਂ ਜ਼ਰੂਰ ਵੇਰਵੇ ਸਹਿਤ ਦਿਓ, ਅਸੀਂ ਨਸ਼ਰ ਕਰਾਂਗੇ ਔਰ ਉਹਨੂੰ ਪੂਰੀ ਚੰਗੀ ਤਰ੍ਹਾਂ ਅਗਰ ਜਿਹੜੀ ਵੀ ਗੱਲ ਹੈਗੀ ਹੈ ਉਹਨੂੰ ਅਸੀਂ ਟੈਲੀਕਾਸਟ ਵੀ ਕਰਾਂਗੇ, ਇਹਨਾਂ ਨੂੰ ਪੁੱਛਾਂਗੇ ਵੀ ਔਰ ਸਾਹਮਣੇ ਲਿਆ ਕੇ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹਾਂਜੀ, ਕੌਣ ਕੌਣ ਬੋਲ ਰਹੇ ਜੀ? ਮੈਂ ਬੋਲ ਰਿਹਾ ਜੀ ਗੁਰਚਰਨਜੀਤ ਸਿੰਘ ਲਾਂਬਾ ਜੀ। ਹੈਲੋ ਹਾਂਜੀ ਜੀ, ਗੱਲ ਸੁਣੋ। ਪਹਿਲੀ ਤਾਂ ਗੱਲ ਇਹ ਹੈ ਕਿ ਪੀ ਚਿਦੰਬਰਮ ਵਾਲੀ ਗੱਲ ਖਬਰ ਤੁਸੀਂ ਅੱਜ ਪਹਿਲਾਂ ਦਿੱਤੀ ਹੈ ਕਿ ਉਹ ਜਿਹੜੇ ਆ ਕਿਸੇ ਨੂੰ ਕਹਿ ਰਹੇ ਆ ਕਿ ਮੁਸਲਮਾਨਾਂ ਦੀਆਂ ਵੋਟਾਂ ਨਹੀਂ ਲੈਣੀਆਂ। ਨਹੀਂ, ਸੁਬਰਾਮਨੀਅਮ ਸਵਾਮੀ, ਚਿਦੰਬਰਮ ਨਹੀਂ, ਸੁਬਰਾਮਨੀਅਮ ਸਵਾਮੀ। ਔਰ ਯਾ ਫਿਰ ਜਿਹੜਾ ਹੈਗਾ ਹਿੰਦੂ ਧਰਮ ਦੇ ਵਿੱਚ ਜੀ ਸਮਲਿਤ ਹੋ ਜਾਓ ਜੀ। ਇਹ ਤਾਂ ਜਿਹੜੇ ਧਰਮ ਦੇ ਵਿੱਚ ਕੋਈ ਪੈਦਾ ਹੁੰਦਾ, ਜਿਹੜੇ ਮਾਂ ਬਾਪ ਦੇ ਕੋਲੇ ਪੈਦਾ ਹੁੰਦਾ ਜੀ, ਤੇ ਉਸ ਮਾਂ ਬਾਪ ਨਾਲ ਅਸੀਂ ਰਹਿੰਦੇ ਹਾਂ ਜੀ, ਕਾਮਯਾਬ ਆ। ਜੇ ਅਸੀਂ ਮਤਰੇਆਂ ਕੋਲ ਜਾਵਾਂਗੇ ਤਾਂ ਸਾਨੂੰ ਆਪ ਨੂੰ ਪਤਾ ਵੀ ਕੋਈ ਕਾਮਯਾਬ ਨਹੀਂ ਹੋ ਸਕਦਾ, ਨਾ ਸਾਨੂੰ ਕਿਸੇ ਨੂੰ ਗੱਲ ਲਾਉਣਾ। ਠੀਕ ਹੈ, ਸਾਡੀ ਮੁਕਤੀ ਜਿਹੜੀ ਹੈ ਜਾਂ ਸਾਡੀ ਪਰਵਰਿਸ਼ ਜਿਹੜੀ ਹੈ ਸਾਡਾ ਪਾਰਕਾਰ ਆ ਆਪਣੇ ਮਾਂ ਬਾਪ ਨਾਲ ਹੀ ਰਹਿਣਾ ਜੀ ਜੀ। ਪੈਦਾ ਹੋਏ ਆ ਜੀ, ਜੇ ਕੋਈ ਧੋਖਾ ਕੁੱਤਾ ਬੰਦਾ ਹੈ ਠੀਕ ਹੈ, ਉਹਨੇ ਨਾ ਘਟਦਾ ਰਹਿਣਾ ਨਾ ਘਟਦਾ ਰਹਿਣਾ। ਠੀਕ ਹੈ, ਬਿਲਕੁਲ। ਅੰਤਿਮ ਯਾਤਰਾ ਪੂਰੀ ਕਰਕੇ ਇੱਥੇ ਦੁਨਿਆਵੀ ਸਾਰੀ ਯਾਤਰਾ ਪੂਰੀ ਕਰਕੇ ਅਸੀਂ ਜਾਣਾ ਵੀ ਹੈ ਨਾ, ਉਦੋਂ ਵੀ ਸਾਨੂੰ ਸਾਡੇ ਗੁਰੂ ਨੇ ਗੱਲ ਲਾਉਣਾ ਜਿੱਥੇ ਅਸੀਂ ਪੈਦਾ ਹੋਏ ਸੀ, ਜਿਹੜੇ ਧਰਮ ਬਿਲਕੁਲ ਤੇ ਮੁਸਲਮਾਨ ਪੈਦਾ ਹੋਇਆ ਸੀ ਤੇ ਹਿੰਦੂ ਚ ਆ ਜਾਓ ਤਾਂ ਹਿੰਦੂਆਂ ਦੇ ਗੁਰੂ ਨੇ ਉਹਨੂੰ ਗੱਲ ਵੀ ਲਾਉਣਾ ਕਿਉਂਕਿ ਉਹ ਆਪਾਂ ਵੀ ਛੱਡਿਆ ਆ। ਠੀਕ, ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਇਸ ਭੈਣ ਜੀ ਕਿ ਤੁਸੀਂ ਦੱਸਿਆ ਜੀ ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਿਹਾ? ਅਸੀਂ ਬੋਲਦੇ ਹਾਂ ਜੀ ਕੈਲੀਫੋਰਨੀਆ ਤੋਂ। ਕੀ ਨਾਮ ਹੈ ਤੁਹਾਡਾ? ਅੱਛਾ ਭੈਣ ਜੀ, ਇੱਕੋ ਗੱਲ ਕਹਿਣੀ ਹੈ ਕਿ ਔਰੰਗਜ਼ੇਬ ਵੀ ਸਾਰੇ ਧਰਮਾਂ ਨੂੰ ਇੱਕ ਕਰਨਾ ਚਾਹੁੰਦਾ ਸੀ, ਰਾਸ਼ਟਰੀ ਏਕਤਾ ਕਰਨਾ ਚਾਹੁੰਦਾ ਸੀ, ਜਿਹਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ। ਅੱਜ ਵੀ ਇਹ ਜਿਹੜੇ ਲੋਕ ਹਨ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਇਹ ਵੀ ਉੱਦਾਂ ਦੀ ਰਾਸ਼ਟਰੀ ਏਕਤਾ ਕਰਨਾ ਚਾਹੁੰਦੇ ਹੈ, ਕੇਵਲ ਇੱਕ ਹੋਏ ਸਿੱਖਾਂ ਨੇ ਉਸ ਵੇਲੇ ਵੀ ਪ੍ਰਵਾਨ ਨਹੀਂ ਕੀਤਾ, ਹੁਣ ਵੀ ਨਹੀਂ ਕਰਨਗੇ, ਅੱਗੋਂ ਵੀ ਨਹੀਂ ਕਰਨਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਸਾਨੂੰ info@jaspunjabi.com lamba@jaspunjabi.com ਦੇ ਉੱਤੇ ਜ਼ਰੂਰ ਆਪਣੇ ਵਿਚਾਰ ਭੇਜੋ। ਇਹ ਜਿਹੜਾ ਦੂਸਰਾ ਮੁੱਦਾ ਸੀਗਾ ਇਹ ਬਹੁਤ ਗੰਭੀਰ ਹੈ, ਅਸੀਂ ਇਹਦੇ 'ਤੇ ਵੀ ਗੱਲਬਾਤ ਕਰਾਂਗੇ। ਅਗਲੇ ਬੁੱਧਵਾਰ ਨੂੰ ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।